ਦਿੱਤਾ ਗਿਆ ਸਰਕਾਰ ਵੱਲੋਂ ਸ਼ਹੀਦਾਂ ਨੂੰ। ਹਾਂਜੀ, ਆਪਾਂ ਨੂੰ ਬੁਲਾਇਆ ਗਿਆ ਸੀ, ਕੀਤਾ ਸਨਮਾਨ? ਨਹੀਂ ਸਰ ਜੀ, ਆਪਣੇ ਸ਼ਹੀਦ ਨਛੱਤਰ ਸਿੰਘ ਦੀ ਬਰਸੀ 'ਤੇ ਇਹ ਢੋਲ ਸਾਹਿਬ ਜੀ ਆਏ ਸੀ, ਉਹਨਾਂ ਵੱਲੋਂ ਇੱਕ ਗੇਟ ਦੀ ਉਹਨਾਂ ਨੇ ਅਲੋਸਮੈਂਟ ਕੀਤੀ ਸੀ, ਮਤਲਬ ਕਿ 7 ਲੱਖ ਰੁਪਏ ਦਾ ਚੈੱਕ ਦਿੱਤਾ ਸੀ, ਉਹ ਆਪਾਂ ਸਰਪੰਚ ਸਾਹਿਬ ਨੂੰ ਦੇ ਦਿੱਤਾ, ਅਤੇ ਦੇਖੋ ਹੁਣ ਕਦੋਂ ਉਹ ਤਿਆਰ ਹੁੰਦਾ। ਆਪਾਂ ਬਤਕੋਲ ਦੀ ਲੰਘਦੇ, ਲੱਗਦਾ ਨਹੀਂ ਕਿ ਆਪਾਂ ਨੂੰ ਸਾਫ਼ ਸਫਾਈ ਕਰਵਾ ਦੇਣੀ ਚਾਹੀਦੀ ਹੈ, ਪਰਿਵਾਰ ਨੂੰ ਵੀ ਥੋੜ੍ਹਾ ਜਿਹਾ ਅੱਗੇ ਆਉਣ ਦੀ ਲੋੜ ਆ? ਹਾਂਜੀ, ਸਾਫ਼ ਸਫਾਈ ਟਾਈਮ ਤੋਂ ਟਾਈਮ ਕਰਾਈ ਦੀ ਆ, ਪਰ ਹੁਣ ਕੰਮ ਕਾਰ ਕਰਕੇ, ਉਲਝੇ ਕਰਕੇ, ਮਾਤਾ ਪਿਤਾ ਹਸਪਤਾਲ ਕਰਕੇ, ਇਸ ਕਰਕੇ ਇਕੱਲਾ ਹੋਣ ਕਰਕੇ ਨਹੀਂ ਟਾਈਮ ਲੱਗ ਰਿਹਾ, ਅਤੇ ਜਿੰਨੇ ਜੋਗੇ ਹੈਗੇ ਅਸੀਂ ਤਾਂ ਕਰਦੇ ਹਾਂ, ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸਰਕਾਰ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ। ਲੱਗਦਾ ਨਹੀਂ ਕਿ ਪੰਚਾਇਤ ਨੂੰ ਵੀ ਅੱਗੇ ਆਉਣਾ ਚਾਹੀਦਾ? ਨਰੇਗਾ ਦੇ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਜ਼ਰੂਰ ਰੋਡਾਂ 'ਤੇ ਲਾਇਆ ਜਾਂਦਾ, ਪਰ ਅਜੇ ਥਾਂ 'ਤੇ ਵੀ ਸਫਾਈ ਹੋ ਸਕਦੀ? ਹਾਂਜੀ, ਇਹ ਵੀ ਥਾਂ ਵੀ ਆਪਣੀ ਪੰਚਾਇਤ ਦੇ ਥਰੂ ਹੀ ਆ ਸਾਰੀ, ਕਿ ਨਰੇਗਾ ਦੇ ਜਿਹੜੇ ਹੈਗੇ ਆ ਮੈਂਬਰ ਉਹਨਾਂ ਨੂੰ ਚਾਹੀਦਾ ਕਿ ਉੱਥੇ ਸਾਫ਼ ਸਫਾਈ ਕੀਤੀ ਜਾਵੇ, ਕਿਉਂਕਿ ਇਹ ਵੀ ਸਰਕਾਰੀ ਦਾਇਰੇ 'ਚ ਹੀ ਕੰਮ ਆਉਂਦਾ ਹੈ। ਅਸੀਂ ਇਸ ਕਰਕੇ ਦਰਖਾਸਤ ਕਰਦੇ ਹਾਂ ਸਰਕਾਰ ਨੂੰ। ਐਸਡੀਐਮ ਸਾਹਿਬ ਨਾਲ ਵੀ ਗੱਲ ਹੋਈ ਸੀ, ਉਹ ਕਹਿੰਦੇ ਪਰਿਵਾਰ ਦਾ ਫਰਜ਼ ਬਣਦਾ ਅਤੇ ਜਿਹੜੇ ਪੰਚਾਇਤ ਦਾ ਫਰਜ਼ ਬਣਦਾ ਇਹ ਮੇਨਟੇਨੈਂਸ ਕਰਨਾ। ਹਾਂਜੀ, ਪਰਿਵਾਰ ਤਾਂ ਜਿੰਨੇ ਜੁਗ ਹੈਗਾ ਕਰਦਾ ਹੀ ਕਰਦਾ ਜੀ, ਅਤੇ ਪੰਚਾਇਤ ਦਾ ਵੀ ਹੱਕ ਬਣਦਾ ਕਿ ਪੰਚਾਇਤ ਵੀ ਕਰੇ। ਅਸੀਂ ਸਭ ਨੂੰ ਆਖਾਂਗੇ ਕਿ ਸਾਡੀ ਹੈਲਪ ਕਰਨ ਸਾਰੇ ਜਣੇ ਰਲ ਮਿਲ ਕੇ। ਆਪਣਾ ਮਨ ਉਦਾਸ ਨਹੀਂ ਹੁੰਦਾ ਜੋ ਦੇਖਦੇ ਉਦਾਸ ਤਾਂ ਹੁੰਦਾ ਅੱਡਾ ਬਣਿਆ ਪਿਆ? ਹਾਂਜੀ, ਉਦਾਸ ਤਾਂ ਹੁੰਦਾ ਜੀ, ਅਤੇ ਪਰ ਕੀ ਕਰ ਸਕਦੇ ਹੁਣ, ਇਕੱਲੇ ਹੋਣ ਕਰਕੇ ਨਹੀਂ ਇੰਨਾ ਕੰਮ ਹੋਇਆ ਹੋ ਸਕਦਾ, ਜਿੰਨੇ ਜੁਗ ਹੈਗਾ ਮੈਂ ਕਰਦਾ ਜੀ। ਹਾਂਜੀ, ਮੈਂ ਤਾਂ ਇਹੀ ਸਰ, ਸਾਡੇ ਕਾਰਗਿਲ ਸ਼ਹੀਦ ਹੋਇਆ ਜੌਨ ਸਿੰਘ ਮਾਛੀਵਾਲਾ, ਅਸੀਂ ਉਹਦੀ ਯਾਦ 'ਚ ਹਰ ਸਾਲ ਵਿਆਹ ਕਰਦੇ ਹਾਂ, ਅਤੇ ਇਸ ਵਾਰ ਮੈਂ ਦਿਵਾਲੀ 'ਤੇ ਲੰਘਿਆ ਜਾਂਦਾ ਸੀ ਅਤੇ ਮੈਂ ਉਸ ਸ਼ਹੀਦ ਨਛੱਤਰ ਸਿੰਘ ਦੇ ਬੁੱਤ ਦੀ ਹਾਲਤ ਦੇਖੀ ਤਾਂ ਇੰਨੀ ਮਾੜੀ ਹੋਈ ਪਈ ਸੀ ਕਿ ਮੈਨੂੰ ਇੰਝ ਲੱਗ ਰਿਹਾ ਸੀ ਵੀ ਸ਼ਾਇਦ ਇਹ ਕੋਈ ਹੁਣ ਦਿਵਾਲੀ ਵਾਲਦੇ ਨੇ ਕੋਈ ਦੀਵਾ ਦੁਵਾ ਕਿਸੇ ਨੇ ਨਹੀਂ ਰੱਖਣ ਆਉਣਾ, ਵੀ ਜਿਸ ਹਿਸਾਬ ਨਾਲ ਲੋਕ ਘਰਾਂ ਦੀਆਂ ਸਫਾਈਆਂ ਕਰਦੇ, ਪਰ ਉਸ ਬੁੱਤ ਦੀ ਹਾਲਤ ਜਿਉਂ ਦੀ ਤਿਉਂ ਸੀ। ਹੁਣ ਮੈਨੂੰ ਕੋਟੀ ਸੇਖਾਂ 2-3 ਦਿਨ ਲਗਾਤਾਰ ਜਾਣਾ ਪਿਆ ਕਿਸੇ ਕੰਮ, ਅਤੇ ਇੰਝ ਲੱਗਿਆ ਜਿਵੇਂ ਬੁੱਤ ਵਾਕਿਆ ਹੀ ਬੋਲਦਾ, ਮੇਰੀ ਜ਼ਮੀਰ ਨੇ ਮੈਨੂੰ ਹਲੂਣਾ ਦਿੱਤਾ ਕਿ ਕੁਛ ਬੋਲੋ, ਕੁਛ ਲਿਖੋ, ਸ਼ਾਇਦ ਇਹਦੀ ਹਾਲਤ ਸਵਾਰੀ ਜਾਵੇ। ਫਿਰ ਮੈਂ ਇੰਝ ਮਹਿਸੂਸ ਕੀਤਾ ਕਿ ਬੁੱਤ ਉਦੋਂ ਬੋਲਦੇ ਨੇ ਜਦੋਂ ਸਮਾਜ ਚੁੱਪ ਕਰ ਜਾਂਦਾ, ਅਤੇ ਫਿਰ ਮੈਂ ਵੀਡੀਓ ਵਾਇਰਲ ਕੀਤੀ। ਭਾਂਡਾ ਸਿਰਾ ਪਰਿਵਾਰ ਸਿਰ ਹੀ ਭਾਂਡੇ ਪਏ ਆ ਕਿ ਪਰਿਵਾਰ ਨੇ ਕੋਈ ਇਸ ਵੱਲ ਧਿਆਨ ਨਹੀਂ ਦਿੱਤਾ, ਜਦੋਂ ਕਿ ਇਸ ਸ਼ਹੀਦਾਂ ਕਰਕੇ ਪਰਿਵਾਰ ਅੱਜ ਉਸ ਮੁਕਾਮ 'ਤੇ ਪਹੁੰਚਿਆ, ਸ਼ਾਇਦ ਪਿੰਡ ਖੰਭੇ ਦੇ ਵਿੱਚ ਇਹਨਾਂ ਦੇ ਬਰਾਬਰ ਦਾ ਅੱਜ ਕੋਈ ਵੀ ਨਾ ਹੋਵੇ, ਕਿਉਂਕਿ ਪਰਿਵਾਰ ਹਰ ਪੱਖੋਂ, ਉਹਨੂੰ ਤਾਂ ਗੁਰਬਾਣੀ ਵਾਲੇ ਪਾਸੇ ਵੀ ਜੁੜਿਆ ਹੋਇਆ, ਸਾਰੇ ਪਾਸੇ ਜੁੜਿਆ, ਪਰ ਉਹਨਾਂ ਨੇ ਆਪਣੇ ਸ਼ਹੀਦ ਪੁੱਤ ਦੀ ਸਮਾਰਕ ਕਿਉਂ ਨਹੀਂ ਸਵਾਰੀ, ਇਹ ਇੱਕ ਵੱਡਾ ਸਵਾਲ ਹੈ। ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਕਿ ਉਹ ਆਪਣੇ ਪੁੱਤਰ ਦੀ ਜਿਹੜੀ ਆ ਸ਼ਹੀਦੀ ਸਮਾਰਕ ਵੱਲ ਧਿਆਨ ਦੇਣ। ਪੱਤਰਕਾਰ ਸਾਹਿਬ, ਕਹਿਣਾ ਤਾਂ ਕੀ ਆ, ਬੜੀ ਸ਼ਰਮ ਵਾਲੀ ਗੱਲ ਆ ਸਾਡੇ ਵਾਸਤੇ ਕਿ ਸਾਡੇ ਸਮਾਜ ਦਾ ਜਿਹੜਾ ਸਾਡੇ ਖੰਭਾ ਪਿੰਡ ਤੋਂ ਨਛੱਤਰ ਸਿੰਘ ਜਿਹੜਾ 2001 ਦੇ ਵਿੱਚ ਸ਼ਹੀਦ ਹੋਇਆ, ਕਾਰਗਿਲ ਸ਼ਹੀਦ ਆ, ਉਹਦੀ ਸਮਾਰਕ ਬਣੀ ਹੋਈ ਆ। ਔਰ ਜਦੋਂ ਇਹ ਸ਼ਹੀਦ ਹੋਇਆ ਸੀ ਨੌਜਵਾਨ, ਮੇਰਾ ਇਹ ਕਲਾਸ ਫੈਲੋ ਆ, ਅਤੇ 1 ਸਾਲ ਬਾਅਦ ਹੀ ਟ੍ਰੇਨਿੰਗ ਤੋਂ 1 ਸਾਲ ਬਾਅਦ ਇਹ ਨੌਜਵਾਨ ਸ਼ਹੀਦ ਹੋ ਗਿਆ ਸੀਗਾ ਕਾਰਗਿਲ ਦੇ ਵਿੱਚ ਜਦੋਂ ਜੰਗ ਲੱਗੀ ਸੀਗੀ। ਔਰ ਉਸ ਤੋਂ ਬਾਅਦ ਕੀ ਆ ਕਿ ਆਰਮੀ ਵੱਲੋਂ ਇਹਨਾਂ ਦੇ ਪਰਿਵਾਰ ਨੂੰ ਰਾਹਤ ਫੰਡ ਵੀ ਦਿੱਤਾ ਗਿਆ, ਔਰ ਪੰਜਾਬ ਸਰਕਾਰ ਵੱਲੋਂ ਜਿਹੜੇ ਇਹਨਾਂ ਦੇ ਬ੍ਰਦਰ ਨੂੰ ਨੌਕਰੀ ਵੀ ਦਿੱਤੀ ਗਈ। ਪਰ ਜਿਹੜੀ ਜਗ੍ਹਾ 'ਤੇ ਆਪਾਂ ਖੜ੍ਹੇ ਅੱਜ, ਇਹ ਚਿੱਟੇ ਦਾ ਅੱਡਾ ਬਣਿਆ ਹੋਇਆ, ਵੱਡੀ ਵੱਡੀ ਬੂਟੀ ਆ ਇੱਥੇ, ਜਿਹੜਾ ਇਹਨੂੰ ਸੁੱਖਾ ਬੋਲਦੇ ਆ ਨਸ਼ੇ ਵਾਲਾ, ਇੱਥੋਂ ਗਾਂਜਾ ਆ ਕੇ ਜਿਹੜੇ ਨੌਜਵਾਨਾਂ ਨੂੰ ਮਲ ਕੇ ਇੱਥੇ ਖਾਂਦੇ। ਇੱਕ ਕਮਰਾ ਬਣਾਇਆ ਗਿਆ ਸੀ ਪਿੱਛੇ ਨਛੱਤਰ ਸਿੰਘ ਦੀ ਯਾਦਗਾਰ ਦੇ ਵਿੱਚ ਹੀ, ਉਹ ਕਮਰਾ ਬਣਿਆ ਹੋਇਆ ਇਸੇ ਜਗ੍ਹਾ ਦੇ ਵਿੱਚ ਹੀ। ਔਰ ਉੱਥੇ ਦਿਨ ਰਾਤ ਆ ਜਿਹੜਾ ਨੌਜਵਾਨਾਂ ਵੱਲੋਂ ਜਿਹੜੇ ਚਿੱਟੇ ਦਾ ਸੇਵਨ ਕਰਦੇ ਆ ਕੇ ਇੱਥੇ, ਮਾੜੇ ਅਨਸਰ ਆ ਉਹ ਆ ਕੇ ਇੱਥੇ ਇਹਦਾ ਸਹਾਰਾ ਲੈਂਦੇ, ਕਿਉਂਕਿ ਬੂਟੀ ਬਹੁਤ ਵੱਡੀ ਵੱਡੀ ਆ। ਔਰ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਜਿਹੜੀ ਜਗ੍ਹਾ ਜਾਂ ਤਾਂ ਪਰਿਵਾਰ ਜਾਂ ਸਰਕਾਰ ਇਹਦੇ ਵੱਲ ਗੌਰ ਕਰਕੇ ਇਹਦੀ ਸਫਾਈ ਕਰਵਾ ਕੇ ਅਤੇ ਘਾਹ ਲਾਇਆ ਜਾਵੇ, ਇਹਨੂੰ ਪਾਰਕ ਤਰ੍ਹਾਂ ਪਾਰਕ ਬਣਾਇਆ ਜਾ ਸਕੇ। ਅੱਜ ਬੁੱਤ ਆਪ ਬੋਲ ਰਿਹਾ ਅਤੇ ਸਾਡਾ ਸਮਾਜ ਬੁੱਤ ਬਣ ਕੇ ਦੇਖ ਰਿਹਾ? ਬਿਲਕੁਲ ਬਿਲਕੁਲ ਜੀ, ਬੁੱਤ ਆਪ ਅੱਜ ਬੋਲਿਆ ਜਿੱਦਾਂ ਤੁਸੀਂ ਕਿਹਾ ਅੱਗੇ, ਅਤੇ ਸਾਡਾ ਸਮਾਜ ਜਿਹੜਾ ਗੂੰਗਾ ਆ, ਗੂੰਗਾ ਵੀ ਅਤੇ ਨਾਲ ਦੀ ਨਾਲ ਬੋਲਾ ਵੀ ਆ। ਇਸ ਬੁੱਤ ਦੀ ਆਵਾਜ਼ ਨਹੀਂ ਕਿਸੇ ਨੂੰ ਸੁਣਦੀ, ਕਿਉਂਕਿ ਹਜ਼ਾਰਾਂ ਲੋਕ ਇੱਥੋਂ ਸੜਕ ਤੋਂ ਲੰਘਦੇ ਆ। ਸਭ ਤੋਂ ਮਾੜੀ ਗੱਲ ਤਾਂ ਪਰਿਵਾਰ ਵਾਸਤੇ ਆ ਵੀ ਪਰਿਵਾਰ ਨੂੰ ਨਹੀਂ ਦਿਸ ਰਿਹਾ ਕਿ ਸਾਡਾ ਨੌਜਵਾਨ ਜਿਹੜਾ ਸ਼ਹੀਦ ਹੋਇਆ ਉਹਦਾ ਖੱਟਿਆ ਸੀ ਅੱਜ ਖਾ ਰਹੇ ਹਾਂ, ਜਿਹੜੀ ਕਮਾਈ ਉਹਦੀ ਜ਼ਿੰਦਗੀ ਭਰ ਦੀ ਆਰਮੀ ਦੇ ਵਿੱਚ ਰਹਿ ਕੇ ਉਹਨੇ ਕਮਾਈ ਸੀ ਉਹ ਖਾ ਰਹੇ ਅਸੀਂ, ਪਰ ਕਦੇ ਆ ਕੇ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਪਿੰਡ ਵਾਸੀ ਵੀ ਨਾਲ ਖੜ੍ਹੇ ਆ, ਔਰ ਕਦੇ ਇਸ ਥਾਂ ਦੀ ਸਫਾਈ ਨਹੀਂ ਹੋਈ। ਮੈਨੂੰ ਲੱਗਦਾ ਜਦੋਂ ਦਾ ਬੁੱਤ ਲੱਗਿਆ ਆ 2001 ਦਾ, ਉਸ ਤੋਂ ਬਾਅਦ ਇੱਥੇ
ਇਦਾਂ ਲੱਗ ਰਿਹਾ ਕਿ ਕਦੇ ਵੀ ਸਫਾਈ ਨਹੀਂ ਹੋਈ। ਬਿਲਕੁਲ ਜੀ, ਕਮ ਸੇ ਕਮ ਸਾਲ 'ਚ ਇੱਕ ਦਿਨ ਹੀ ਸਫਾਈ ਕਰਵਾ ਦੇਣ ਜਦੋਂ ਇਹ ਦਿਨ ਸ਼ਹੀਦਾਂ ਵਾਸਤੇ ਮਨਾਇਆ ਜਾਂਦਾ। ਪਰ ਬਹੁਤ ਮਾੜੀ ਗੱਲ ਆ, ਪ੍ਰਸ਼ਾਸਨ ਵਾਸਤੇ ਵੀ ਮਾੜੀ ਗੱਲ ਆ। ਪਿਛਲੇ ਦਿਨੀ ਸਾਡੇ ਹਲਕੇ ਦੇ MLA ਨੇ, ਮੈਂ ਸੁਣਿਆ ਕਿ ਇੱਥੇ ਗੇਟ ਬਣਾਉਣ ਵਾਸਤੇ 10-12 ਲੱਖ ਰੁਪਈਆ ਹੋਰ ਵੀ ਫੰਡ ਦਿੱਤਾ ਆ। ਪਰ ਮੈਂ ਕਹਿੰਦਾ ਕਿਤੇ ਇੱਥੇ ਆ ਕੇ MLA ਸਾਹਿਬ ਦੇਖ ਲੈਂਦੇ ਕਿ ਇਹਨਾਂ ਨੂੰ ਫੰਡ ਦੇਣ ਤੋਂ ਪਹਿਲਾਂ ਇਹਦੀ ਸਫਾਈ ਕਰਵਾ ਲੈਂਦੇ, ਕੋਈ ਬੰਦਾ ਰੱਖ ਲੈਣੇ ਤੇ ਪੱਕਾ। ਜਿੱਦਾਂ ਵੀਰ ਨੇ ਅੱਗੇ ਦੱਸਿਆ ਕਿ ਇੱਥੇ ਇੱਕ ਮਾਲੀ ਰੱਖਿਆ ਹੋਵੇ, ਇਹਦੀ ਸਫਾਈ ਹੋਵੇ, ਲੋਕ ਇੱਥੇ ਆ ਕੇ ਬੈਠਣ, ਪਾਰਕ ਦੇ ਵਿੱਚ ਹੋਰ ਆ ਕੇ ਜਿਹੜਾ ਚਿੱਟੇ ਵਾਲਿਆਂ ਤੋਂ ਹੀ ਬਚਾਅ ਹੋ ਸਕਦਾ, ਇਹ ਜਗ੍ਹਾ ਦੀ ਰਾਖੀ ਹੋ ਸਕਦੀ ਮਾਲੀ ਰੱਖ ਕੇ। ਨਿਛੱਤਰ ਸਿੰਘ ਦੀ ਸਮਾਰਕ 'ਤੇ ਖੜ੍ਹੇ ਹਾਂ, ਹਾਲਾਤ ਤਰਸਯੋਗ ਨੇ। ਜਿੱਥੇ ਦੇਸ਼ ਭਰ 'ਚ ਕਾਰਗਿਲ ਸ਼ਹੀਦਾਂ ਦਾ ਦਿਨ ਮਨਾਇਆ ਗਿਆ 27 ਤਰੀਕ ਨੂੰ, ਇੱਥੇ ਜਿਹੜਾ ਦਿਨ ਮਨਾਇਆ ਗਿਆ, ਕੋਈ ਹਾਲਾਤ ਬੜੇ ਮਾੜੇ ਆ ਦੇਖਣ ਵਿੱਚ ਆਏ, ਕੀ ਕਹਿਣਾ ਚਾਹੋ? ਇਹ ਜੀ, ਸਾਡੇ ਇਹ ਆ ਵੀ ਇੱਕ ਤਾਂ ਕੋਲ ਅੱਡਾ ਆ, ਦੂਜਾ ਨੰਬਰ ਇਹ ਆ ਵੀ ਜਿਹੜਾ ਇਹ ਬੂਟੀ ਹੋ ਗਈ ਆ, ਇਹ ਸ਼ਾਮ ਨੂੰ ਭਾਵੇਂ ਦਿਨੇ ਵੀ ਇੱਥੇ ਕੋਈ ਮਰਜ਼ੀ ਆ ਕੇ ਵਿੱਚ ਵੜ ਕੇ ਚਿੱਟੇ ਵਾਲੇ ਟੀਕਾ ਲਾ ਪੀ ਉਰਾਂ ਪਰਾਂ ਜੋ ਮਾੜੀਆਂ ਚੰਗੀਆਂ ਆ ਕੇ ਕਰਦੇ ਨੇ। ਜੇ ਬੂਟੀ 'ਤੇ ਕੋਈ ਬੰਦਾ ਰੱਖ ਕੇ ਜਾ ਕੇ ਬਣਾ ਕੇ ਤਾਂ ਸਫਾਈ ਹੋ ਜੇ ਤਾਂ ਬਹੁਤ ਹਾਲਾਤ ਬਦਲ ਜਾਣਗੇ, ਇੱਥੇ ਫੁੱਲ ਲੱਗ ਜਾਣ। ਕਿੰਨਾ ਚਿਰ ਹੋ ਗਿਆ ਸਫਾਈ ਹੋਈ? ਇਹ ਮੈਂ ਤਾਂ ਆਉਣਾ ਜੀ, ਇਹ ਸਫਾਈ ਸਫੂਈ ਇਹਦੇ ਇਹੋ ਜਿਹੀ ਹੁੰਦੀ ਆ, ਇੱਕ ਸੁੱਕ ਜਾਣਾ ਆਪਦੇ ਆਪ ਤਾਂ ਸੁੱਕ ਜਾਣਾ, ਤੇ ਸਫਾਈ ਵਾਲੇ ਨਹੀਂ ਕੋਈ ਆਉਂਦੇ, ਸੁੱਕ ਕੇ ਕੋਈ ਹੋਰ ਬੂਟੀਆਂ ਤਿਆਰ ਹੋ ਜਾਂਦੀਆਂ ਸਮੇਂ ਦੇ ਹਿਸਾਬ ਨਾਲ। ਅਧਿਕਾਰੀ ਨਹੀਂ ਆਇਆ? ਕੋਈ ਨਹੀਂ, ਅਜੇ ਤਾਈਂ ਆਇਆ, ਵੇਖ ਲਓ ਚੌਂਕ ਅੱਡ ਆਇਆ, ਕੋਈ ਨਹੀਂ ਆਇਆ। ਤੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਦਿੱਤੀਆਂ, ਫੰਡ ਦਿੱਤੇ ਆ? ਉਹ ਤੇ ਜੀ ਤੀ ਉਹਨਾਂ ਨੂੰ, ਸਾਨੂੰ ਹੁਣ ਕੀ ਪਤਾ, ਅਸੀਂ ਪਾਸੇ ਦੇ ਰਹਿਣ ਵਾਲੇ ਹਾਂ, ਕੋਲ ਦੇ ਚਲੋ ਆਂਢੀ ਗੁਆਂਢੀ, ਸਾਨੂੰ ਕੀ ਪਤਾ ਕੀ ਕੋਈ ਸਰਕਾਰ ਦੇ ਜਾਂਦੀ ਹੈ ਕੀ ਨਹੀਂ ਦੇ ਜਾਂਦੀ, ਸਾਡੇ ਵਾਸਤੇ ਹੈ ਪਤਾ ਨਹੀਂ ਕੋਈ ਦਿੰਦੇ ਆ ਕਿ ਨਹੀਂ। ਉਹਨਾਂ ਦਾ ਫਰਜ਼ ਤਾਂ ਬਣਦਾ ਨਾ ਸਾਫ਼, ਉਹਨਾਂ ਦਾ ਫਰਜ਼ ਤਾਂ ਬਣਦਾ ਹੀ ਹੈ, ਬੰਦਾ ਰੱਖ ਕੇ ਚਲੋ 8ਵੇਂ ਦਿਨ 9ਵੇਂ ਦਿਨ ਇੱਕ ਅੱਧਾ ਬੜਾ ਆ ਕੇ ਸਫਾਈ ਕਰਾ ਕੇ ਰੱਖੇ, ਬਹੁਤ ਸ਼ੁਕਰੀਆ ਉਹਨਾਂ ਦੇ। ਪਰ ਆਹ ਜਿਹੜਾ ਜਵਾਨ ਨੌਜਵਾਨ ਸ਼ਹੀਦ ਹੋਇਆ ਹੈ, ਇਹਦਾ ਤਾਂ ਮੁੱਲ ਹੀ ਕੋਈ ਨਹੀਂ ਗਾ, ਦੇਸ਼ ਦੇ ਰੱਖੇ ਆ ਕੇ ਸਾਰੀ ਦੁਨੀਆ ਦੇ, ਅਤੇ ਆਪਣੀ ਕੁਰਬਾਨੀ ਦੇ ਦਿੱਤੀ ਉਹਨਾਂ ਸਾਲ ਦੇ ਵਿੱਚ ਵਿੱਚ, ਵੀ ਅਜੇ ਨਿਆਣੀ ਉਮਰ 'ਚ ਹੀ ਕਹਿੰਦੇ ਸਹੀ ਉਮਰ 'ਚ ਆ ਕੇ ਉਹਨਾਂ ਨੇ ਕੁਰਬਾਨੀ ਦੇ ਦਿੱਤੀ, ਕੋਈ ਨਹੀਂ ਵੇਖਿਆ ਦੁਨੀਆ ਵਾਲਾ ਸ਼ੌਂਕ ਤਾਂ ਕੋਈ ਨਾ ਕੀਤਾ ਉਹਨੇ, ਦੁਨੀਆ ਵਾਲਾ ਕੋਈ ਸ਼ੌਂਕ ਉਹਨੇ, ਵਿਆਹ ਸ਼ਾਦੀ 100 ਗੱਲਾਂ ਹੁੰਦੀਆਂ ਨੇ, ਜਿਹੜੀ ਇਹ ਜ਼ਿੰਦਗੀ ਆ ਇਹਦਾ ਮੁੱਲ ਕੋਈ ਨਹੀਂ ਗਾ, ਅਣਮੁੱਲ ਹੀ ਆ। ਕੀ ਮੰਗ ਕਰਦੇ ਅਸੀਂ? ਤਾਂ ਉਹ ਕਹਾਂਗਾ ਵੀ ਇਹਦੀ ਸਾਫ਼ ਸਫਾਈ ਹੋਣੀ ਚਾਹੀਦੀ, ਫੁੱਲ ਲੱਗ ਜਾਣ, ਘਾਹ ਲੱਗ ਜਾਣ, ਇੱਥੇ ਆਉਂਦਾ ਜਾਂਦਾ ਰਾਹੀ ਪਾਉਂਦੀ ਕੋਈ ਬੈਠੇ 2 ਮਿੰਟ ਆਰਾਮ ਕਰੇ, ਰੁੱਖ ਲੱਗ ਜਾਣ। ਸਮਾਰਕ 'ਤੇ ਖੜ੍ਹੇ ਦੁਬਾਰਾ ਕਰਨੀ ਜੀ ਬਿਨਾਂ ਲੋਕੋ ਤੋਂ, ਸਮਾਰਕ 'ਤੇ ਖੜ੍ਹੇ ਹਾਂ, ਹਾਲਾਤ ਬੜੇ ਤਰਸਯੋਗ ਨੇ। 27 ਤਰੀਕ ਨੂੰ ਸ਼ਹੀਦਾਂ ਦਾ ਦਿਨ ਮਨਾਇਆ ਗਿਆ ਕਾਰਗਿਲ ਦੇ ਸ਼ਹੀਦ, ਇਸ ਯੁੱਧ ਨੇ ਵੀ 27 ਤਰੀਕ ਜਿਹੜੀ ਕੁਰਬਾਨੀ ਦਿੱਤੀ ਹੈ 2000 ਵਿੱਚ ਕਾਰਗਿਲ ਦੀ ਜੰਗ 'ਚ। ਬਿਲਕੁਲ ਜੀ, ਇੱਥੇ ਕੋਈ ਸਮਾਗਮ ਕੀਤਾ ਗਿਆ ਉਸ ਦਿਨ? ਨਹੀਂ ਜੀ, ਕੋਈ ਨਹੀਂ। ਹਾਲਾਤ ਕਿਸ ਤਰ੍ਹਾਂ ਦੇ ਸਮਾਰਕ ਦੇ? ਅਸੀਂ ਤਾਂ ਕਹਿੰਦੇ ਜੀ ਬਹੁਤ ਮਾੜੇ ਆ, ਬਹੁਤ ਮਾੜੇ ਲਾ ਕੇ ਲੈ ਗਏ ਇਹ ਸਾਰਾ ਕੁਛ, ਜੋ ਕੁਛ ਇਹਦੀਆਂ ਲੱਗੀਆਂ ਸੰਗਲੀਆਂ ਸੁੰਗਲੀਆਂ ਜੋ ਕੁਛ ਲੱਗੀਆਂ ਸਭ ਲੈ ਗਏ ਚਿੱਟੇ ਵਾਲੇ ਲਾ ਕੇ ਜੀ, ਆਹ ਚਿੱਟੇ ਵਾਲੇ ਦੇ ਲੁਕਣ ਨੂੰ ਥਾਂ ਬਣੀ ਆ, ਇੱਥੇ ਚਿੱਟੇ ਵਾਲੇ ਲੁਕਣ, ਚੋਰ ਲੁਕਣ, ਜੋ ਮਰਜ਼ੀ ਲੁਕੇ ਜੀ ਇੱਥੇ। ਲੱਗਦਾ ਨਹੀਂ ਅੱਜ ਬੁੱਤ ਬੋਲ ਰਿਹਾ ਸਮਾਜ ਸਾਡਾ? ਬਿਲਕੁਲ ਬਣ ਕੇ ਦੇਖ ਰਿਹਾ, ਬਿਲਕੁਲ ਜੀ ਉਹ ਬੋਲ ਰਿਹਾ, ਉਹ ਮੁੰਡਾ ਬੋਲ ਰਿਹਾ, ਉਹਨੇ ਸੱਦਿਆ ਤੁਹਾਨੂੰ, ਉਹਨਾਂ ਹੀ ਸੱਦਿਆ ਜੀ, ਮੁੰਡੇ ਨੇ ਸੱਦਿਆ ਤੁਹਾਨੂੰ। ਅਸੀਂ ਕਹਿੰਦੇ ਹਾਂ ਕਿ ਸਾਡੇ ਹਿਰਦੇ 'ਚ ਦੁੱਖ ਆ ਇਸ ਮੁੰਡੇ ਲਈ, ਸਾਨੂੰ ਨਹੀਂ ਪਤਾ ਗਾ ਵੀ ਉਹਨਾਂ ਦੇ ਪਰਿਵਾਰ ਦੇ ਮਨ 'ਚ ਕੀ ਆ, ਇਹ ਨਹੀਂ ਸਾਨੂੰ ਪਤਾ। ਪਰਿਵਾਰ ਦਾ ਫਰਜ਼ ਤਾਂ ਬਣਦਾ ਨਾ ਜਦੋਂ ਨੌਕਰੀ, ਪਰਿਵਾਰ ਤਾਂ ਮੈਂ ਤਾਂ ਕਹਿੰਦਾ ਕਿ ਹਾਂਜੀ 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 ਬਿਲਕੁਲ ਜੀ, ਪਰਿਵਾਰ ਦਾ ਤਾਂ ਹੱਕ ਹੀ ਬਣਦਾ ਕਿ ਇਹਦੀ ਸਾਂਭ ਸੰਭਾਲ ਕਰੇ, ਅਤੇ ਕਰੇ ਵੀ ਲੋਕਾਂ ਦੇ ਸ਼ਹੀਦਾਂ ਨਾਲੋਂ ਜ਼ਿਆਦਾ, ਕਿ ਜਿਹੜਾ ਥੋੜ੍ਹੀ ਉਮਰ 'ਚ ਮੁੰਡੇ ਨੇ ਉਹਨਾਂ ਨੂੰ ਬਾਦਸ਼ਾਹ ਬਣਾ ਦਿੱਤਾ, ਠੀਕ ਹੈ ਨਾ। ਬਾਕੀ ਚਲੋ ਜੀ ਉਹਨਾਂ ਦੀ ਮਰਜ਼ੀ ਹੈ। ਕੀ ਮੰਗ ਕਰਦੇ ਹਾਂ? ਮੈਂ ਤਾਂ ਮੰਗ ਕਰਦਾ ਕਿ ਇਹਦੀ ਸ਼ਹੀਦੀ ਸਾਂਭ ਸੰਭਾਈ ਕੀਤੀ ਜਾਵੇ, ਇਹਦੀ ਸਫਾਈ ਕੀਤੀ ਜਾਵੇ, ਰੰਗ ਰੋਗਣ ਕਰਕੇ ਇਹਦੇ 'ਤੇ ਰੋਜ਼ ਆਣ ਕੇ ਕੋਈ ਬੱਚੇ ਇੱਥੇ ਵੇਖਣ ਕਿ ਸਾਰਾ ਇਹ ਸਹੀ ਸਲਾਮਤ ਚੀਜ਼ ਬਣ ਜਾਵੇ ਜੀ, ਅਤੇ ਇੱਥੇ ਆਣ ਕੇ ਕੋਈ ਬੰਦਾ ਸਵੇਰੇ ਨਮਸਕਾਰ ਵੀ ਇਹਨੂੰ ਕਰਦਾ, ਭਾਵੇਂ ਮੇਰੇ ਛੋਟੇ ਵੀਰਾਂ ਦੀ ਥਾਂ 'ਤੇ ਆ, ਮੈਂ ਤਾਂ ਕਹਿੰਦਾ ਮੇਰੇ ਵਰਗਾ ਵੀ ਇਹਨੂੰ ਨਮਸਕਾਰ ਕਰ ਸਕਦਾ ਜੀ। ਪੰਚਾਇਤ ਦਾ ਵੀ ਫਰਜ਼ ਬਣਦਾ ਨਾ ਜੇ ਇਹ ਕੰਮ, ਪੰਚਾਇਤ ਤਾਂ ਜੀ ਸਾਡੇ ਪਿੰਡ ਦੀ ਹੈ ਹੀ ਨਹੀਂ ਗੀ, ਮੈਂ ਤਾਂ ਇਹ ਗੱਲ ਕਹਿ ਸਕਦਾ ਕਿ ਪੰਚਾਇਤ ਹੀ ਹੈ ਨਹੀਂ। ਜੇ ਉਹ ਵਿਚਾਰੀ ਪੰਚਾਇਤ ਕੋਈ ਥੋੜ੍ਹਾ ਬਾਲਾ ਕੰਮ ਵਾਲੇ ਪਾਸੇ ਨੂੰ ਜਾਂਦੀ ਆ, ਤਾਂ ਉਹ ਜਿਹੜੇ ਵਿਰੋਧੀ ਧਿਰ ਵਾਲੇ ਆ ਉਹ ਢੂਏ 'ਚ ਡਾਂਗ ਦੇ ਦਿੰਦੇ, ਉਹਨਾਂ ਨੂੰ ਉਹ ਨਹੀਂ ਕੰਮ ਕਰਨ ਦਿੰਦੇ। ਇਹ ਜਿਹੜੇ ਸਾਂਝੇ ਕੰਮ ਹੁੰਦੇ ਇਹਦੇ 'ਚ ਕੋਈ ਵਿਰੋਧੀ ਨਹੀਂ ਜੀ ਹੁੰਦਾ, ਇਹਦੇ 'ਚ ਸਾਰੇ ਜਿਹੜੇ ਹੁੰਦੇ ਆ ਉਹ ਇੱਕ ਦੇਸ਼ ਭਗਤ ਲਈ ਸਾਰੇ ਇੱਕੋ ਜਿਹੇ ਹੁੰਦੇ ਆ। ਬਾਪੂ ਜੀ ਮੈਂ ਤਾਂ ਇਸ ਗੱਲ ਲਈ ਇਸ ਭਾਵ 'ਤੇ ਹੈਗੜਾਂ ਕਿ ਇਹ ਮੇਰੇ ਪੁੱਤਰ ਦਾ ਹਾਣੀ ਸੀ ਮੁੰਡਾ, ਅਤੇ ਮੇਰਾ ਇਹ ਛੋਟੇ ਵੀਰਾਂ ਦੀ ਥਾਂ ਸੀ, ਮੈਨੂੰ ਬਹੁਤ ਇਸ ਚੀਜ਼ ਦਾ ਦੁੱਖ ਆ। ਤੁਸੀਂ ਆਏ ਜੇ ਇਹਦੀ ਗੱਲ ਦੀ ਕੋਈ ਸੁਣਵਾਈ ਕੀਤੀ ਆ, ਅਤੇ ਮੈਂ ਕਹਿੰਦਾ ਕਿ ਇਹ ਥੋੜ੍ਹਾ ਜਿਹਾ ਇਸ ਚੀਜ਼ ਵੱਲ ਧਿਆਨ ਦਿੱਤਾ ਜਾਵੇ, ਇਹਦੀ ਕੋਈ ਪੰਚਾਇਤ ਜਾਂ ਉਹਨਾਂ ਦੇ ਘਰ ਦੇ ਸੁਣਦੇ ਆ, ਅਤੇ ਇਸ ਚੀਜ਼ ਦੀ ਸਫਾਈ ਕਰਾ ਕੇ ਇਹਨੂੰ ਸਾਂਭਿਆ ਜਾਵੇ।
तीन शहीद होए ने करगिल दे विच और तिना जरा है सरकार वालों मान सम्मान जिहड़ियां पिछलियां सरकारां वालों भी दिता गया तो हुण दी सरकार भी दे रही हैगी पर एक जगह के उत्ते जिते शहीद नछत्तर सिंह का पुत लगे उहदे हालात दे लगे ने काफ़ी थोड़े सही नहीं है तो प्रशासन वालों बिल्कुल जी जिहड़े साडे करगिल शहीद होए ने उहनां नूं हर सरकार जिहड़ी हैगी उह चंगा मान सम्मान जिहड़ा हैगा उहनां दा कीता जांदा है उहनां दे परिवारां दा कीता जांदा है तो ये नछत्तर सिंह जी का जिहड़ा बुत हैगा जिहड़े इहनां दे परिवार ने लाया है असी मान सम्मान लैण लई जिहड़ा हैगा उह जाने तो उहनां दे बिहाफ ते असी जिहड़ा हैगा उह सरकार दीआं सहूलतां भी लै रहे हैं तो जिहड़ी बुत की देखरेख है वह भी परिवार की जिम्मेवारी के नाल नाल सारे पिंड की जिम्मेवारी होनी चाहिए है बुत जिहड़ा परिवार ने लवाया उन्हां दे मान सम्मान नहीं लवाया है तो उसका बाद का मान सम्मान भी परिवार तो पिंड की रिसपोंसीबिलिटी बनती है तो असी जिहड़ा हैगा वह बुत लवाण की परमिशन दे सकते हैं उस तो बाद जिहड़ा उहदी मेंटेनेंस है वह उन्हां दी कराउण दी जिम्मेवारी बनती हैगी है जेकर प्रशासन नूं इस बाबत कोई जिहड़ा हैगा वह दिता जांदा है कोई लैटर दिती जांदी है तो असी भी उत्थे जाके जिहड़ा हैगा वह उहनूं करावांगे पर जिहड़ी ध्यान रखण दी रिसपोंसीबिलिटी है वह परिवार ते पिंड दी बनदी है। की मैसेज दोगे जी? मेरा मैसेज यही है जी कि असी जिहड़ा हैगा वह शहीदां दा मान सम्मान जिहड़ा हैगा वह लै लैंदे आ अपने घर लै आंदे आ जिहड़ा हैगा परिवारिक नौकरी भी लै लैंदे आ असी जो पैसा मिलता है वह भी असी लै लैंदे आ परंतु जेकर असी उन्हां दे मान सम्मान च कोई चीज़ बनाई है कोई बुत बनाया कोई स्कूल बनाया तो उहदी देखरेख जिहड़ी है वह भी साडी जिम्मेवारी होनी चाहीदी है सारयां दी जिहड़ी सांझी जिम्मेवारी होनी चाहीदी है।